ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ, ਕੀ ਹਾਲ ਚਾਲ ਆ ਦੋਸਤ। ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਰਸ਼ ਬਾਠ ਅਤੇ ਸ਼ੁਰੂ ਕਰਨ ਲੱਗੇ ਹਾਂ ਅੱਜ ਇੱਕ ਨਵੀਂ ਵੀਡੀਓ। ਦੋਸਤੋ ਬਹੁਤ ਟਾਈਮ ਹੋ ਗਿਆ, ਮੈਨੂੰ ਲੱਗਦਾ ਵੀ 6 ਮਹੀਨਿਆਂ ਦੇ ਨੇੜੇ ਟਾਈਮ ਹੋ ਗਿਆ ਵੀ ਕੋਈ ਵੀ ਵੀਡੀਓ ਨਹੀਂ ਪਾਈ, ਅਤੇ ਉਵੇਂ ਹੀ ਪਾਈ। ਮੰਨ ਲਓ ਕੋਈ ਮੇਨ ਕਾਰਨ ਨਹੀਂ ਗਾ, ਪਰ ਵੈਸੇ ਉਵੇਂ ਹੀ ਨਹੀਂ ਮੰਨ ਜਾ ਵੀ ਨਹੀਂ ਕੀਤਾ। ਜਿਵੇਂ ਖੇਤੀਬਾੜੀ ਵਾਲਾ ਤਾਂ ਕੰਮ ਹੋ ਹੀ ਗਿਆ ਸੀਗਾ, ਬੀਜਾ ਬਜਾਈ ਹੋ ਗਈ ਸੀ, ਫਿਰ ਹੋਰ ਮੈਂ ਕਿਹਾ ਵੀ ਚੱਲ ਕੀ, ਅਤੇ ਖੇਤੀਬਾੜੀ ਵਾਲੀਆਂ ਹੀ ਵਧੀਆ ਲੱਗਦੀਆਂ। ਅਤੇ ਅੱਜ ਤਰੀਕ ਹੋ ਗਈ ਹੈ ਜੀ 5 ਮਾਰਚ, ਅਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਨ ਲੱਗੇ ਹਾਂ। ਅੱਜ ਦੀ ਤੁਸੀਂ ਪਹਿਲੀ ਵੀਡੀਓ ਦੇਖਿਓ, ਅੱਜ ਇਹ ਪਹਿਲੀ ਵੀਡੀਓ ਆ। ਆਪਾਂ ਜਾ ਰਹੇ ਹਾਂ ਜੀ ਸ਼੍ਰੀ ਅਨੰਦਪੁਰ ਸਾਹਿਬ ਟਰੈਕਟਰ ਟਰਾਲਾ ਲੈ ਕੇ, ਠੀਕ ਹੈ। ਅਤੇ ਘੱਟੋ ਘੱਟ 450 ਕਿਲੋਮੀਟਰ ਹੈ, ਬਾਕੀ ਕੋਈ ਹੋਰ ਕੋਈ ਮਾੜਾ ਮੋਟਾ ਵੱਧ ਵੁੱਧ ਕਰਕੇ ਮੰਨ ਲਓ ਵੀ 500 ਕਿਲੋਮੀਟਰ ਮੰਨ ਲਓ, ਆਪਣੇ ਤੋਂ 500 ਕਿਲੋਮੀਟਰ ਹੈ। ਅਤੇ ਟਰੈਕਟਰ ਟਰਾਲਾ ਲੈ ਕੇ ਜਾ ਰਹੇ ਹਾਂ। ਸੋ ਅੱਜ ਤਿਆਰੀਆਂ ਕਰਨ ਲੱਗੇ ਹਾਂ, ਅੱਜ ਦਾ ਪਹਿਲਾ ਦਿਨ ਹੈ। ਅੱਜ 5 ਤਰੀਕ ਹੋ ਗਈ, ਆਪਾਂ ਜਾਣਾ 22 ਮਾਰਚ ਨੂੰ, ਠੀਕ ਆ। ਅਤੇ ਜੁੜੇ ਰਹੋ ਚੈਨਲ ਦੇ ਨਾਲ, ਨਵੀਆਂ ਨਵੀਆਂ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ, ਠੀਕ ਹੈ ਜੀ। ਅਤੇ ਆਪਾਂ ਆਏ ਹੋਏ ਸੀ ਹੁਣ ਪਦਮਪੁਰ, ਮੈਂ ਤੁਹਾਨੂੰ ਦੂਜਾ ਕੈਮਰਾ ਕਰਕੇ ਦਿਖਾਉਂਦਾ। ਪਦਮਪੁਰ ਆਏ ਸੀ ਆਪਾਂ, ਅਤੇ ਟਰੈਕਟਰ ਦੇ ਲਾਈਟਾਂ ਲੂਟਾਂ ਅਤੇ ਥੋੜ੍ਹਾ ਜਿਹਾ ਵਾਇਰਿੰਗ ਦਾ ਕੰਮ ਸੀਗਾ, ਉਹ ਹੋਈ ਜਾਂਦਾ ਆ, ਹਾਰਨ ਹੁਰਨ ਲਵਾ ਲਿਆ। ਅਤੇ ਬਾਕੀ ਅੱਜ ਤੋਂ ਮੋਡੀਫਿਕੇਸ਼ਨ ਸਟਾਰਟ ਕੀਤੀ ਆ। ਟਰਾਲਾ ਲੈ ਕੇ ਆਇਆ ਸੀ ਨਾਲ, ਉਹ ਮੈਂ ਉਹ ਆਪਣੇ ਪਿੰਡ ਕੋਲ ਹੈਗਾ ਇੱਕ ਬਾਈ ਬਿਲਡਿੰਗ ਵਾਲਾ, ਉਹਦੇ ਕੋਲ ਛੱਡਤਾ, ਜਿਹੜਾ ਉੱਤੋਂ ਦੀ ਉਹ ਐਂ ਜੇ ਪੈਂਦਾ ਹੁੰਦਾ ਨਾ ਤੰਬੂ ਟਾਈਪ ਜਿਹਾ, ਉਹ ਵਾਲਾ ਉਹ। ਸੋ ਐਂਗਲਾਂ ਉਂਗਲਾਂ ਲਾਈ ਜਾਂਦਾ ਉਹ, ਅਤੇ ਠੀਕ ਹੈ। ਜੁੜੇ ਰਹੋ ਵੀਡੀਓ ਦੇ ਨਾਲ, ਅਤੇ ਦਿਖਾਉਂਦੇ ਹਾਂ ਤੁਹਾਨੂੰ ਸੀਟ ਕਵਰ ਬੰਨਣਾ ਦੇ ਕੇ ਆਉਂਦੇ ਆ, ਸੀਟ ਕਵਰ ਆਉਣ ਵਾਲਾ ਆ, ਫਿਰ ਦਿਖਾਉਂਦੇ ਹਾਂ ਤੁਹਾਨੂੰ ਸੀਟ ਕਵਰ ਵੀ। ਲਓ ਜੀ ਸੀਟ ਕਵਰ ਲੱਗੀ ਜਾਂਦਾ, ਸੀਟ ਕਵਰ ਲੱਗ ਰਿਹਾ ਹੈ, ਅਤੇ ਫੋਮ ਪਵਾਈ ਹੈ ਵਿੱਚ। ਮੈਂ ਵੀ ਢੂਈ ਤਾਂ ਹੀ ਥੱਕਦੀ ਨਹੀਂ ਕਹਿੰਦੇ ਬੰਦੇ ਜੀ, ਇਹਦੇ 'ਚ ਵੀ ਫੋਮ ਲੱਗ ਜੂਗੀ ਆਹ ਵਾਲੀ। ਆਹ ਲਾਈਟਾਂ ਲਵਾ ਦਈਆਂ ਜੀ, ਛਾਨਣਾ ਤਾਂ ਫੁੱਲ ਹੈ ਨਾ, ਠੀਕ ਹੈ। ਸੀਟ ਕਵਰ ਆਪਣਾ ਲੱਗੀ ਜਾਂਦਾ। ਲਓ ਜੀ ਸਰਵਿਸ ਹੋਈ ਜਾਂਦੀ ਹੈ, ਸਰਵਿਸ। ਹਾਂਜੀ, ਸ਼ਹਿਰੋਂ ਬਾਹਰ ਆ ਗਏ ਸੀਗੇ, ਅਤੇ ਸ਼ਹਿਰ ਵਾਲੇ ਕੰਮ ਹੋ ਚੱਲੇ ਲਗਭਗ, ਅਤੇ ਸਰਵਿਸ ਰਹਿ ਗਈ ਸੀ। ਸਰਵਿਸ ਹੋਈ ਜਾਂਦੀ ਹੈ ਹੁਣ ਟਰੈਕਟਰ ਦੀ, ਅਤੇ ਫਿਰ ਮਿਲਦੇ ਹਾਂ ਤੁਹਾਨੂੰ ਪਿੰਡ ਜਾਣ ਲੱਗੇ। ਸੋ ਹਾਂਜੀ ਵੀਰੋ, ਅਗਲਾ ਦਿਨ ਹੋ ਗਿਆ ਆ, ਅਤੇ ਕੱਲ੍ਹ ਆਪਾਂ ਪਦਮਪੁਰੋਂ ਟਰੈਕਟਰ ਦਾ ਲਗਭਗ ਕੰਮ ਸਾਰਾ ਹੋ ਚੱਲਿਆ ਸੀਗਾ। ਟਰੈਕਟਰ ਦੀ ਸਰਵਿਸ ਹੋ ਗਈ, ਪ੍ਰੈਸ ਸਟੇਅਰਿੰਗ ਤੋਂ ਲੈ ਕੇ ਅਤੇ ਮਗਰਲੇ ਹਿੱਸੇ ਦਾ ਸੀਐਲ ਸੁਗਲ ਸਭ ਕੁਛ ਹੋ ਗਿਆ, ਓਕੇ ਰਿਪੋਰਟ। ਅਤੇ ਜਿਹੜਾ ਆਪਣਾ ਟਰਾਲਾ ਸੀਗਾ, ਇਹ ਆਪਾਂ 14 PS ਛੱਡਤਾ ਸੀਗਾ, ਅਤੇ ਇਹਦੇ ਵੀ ਮਗਰ ਉਹ ਐਂਗਲਾਂ ਵਗੈਰਾ ਸਭ ਕੁਛ ਲੱਗ ਗਿਆ, ਬਸ ਇਕੱਲਾ ਉੱਤੇ ਤੰਬੂ ਜਿਹਾ ਪਾਉਣ ਵਾਲਾ ਰਹਿ ਗਿਆ, ਠੀਕ ਹੈ। ਸੋ ਹੁਣ ਰਾਤ ਆਪਾਂ ਨੂੰ 9:30 ਸੀ ਘਰ ਆਉਂਦਿਆਂ ਨੂੰ। ਸੋ ਹੁਣ ਆਪਾਂ ਚੱਲਦੇ ਹਾਂ ਜੀ, ਇੱਥੇ ਆਪਣੇ ਕੋਲ ਹੀ ਆ 32 ML ਉੱਥੇ, ਤਾਂ ਕਿ ਆਪਣੇ ਟਰਾਲੇ ਦੇ ਨਾ ਲਾਈਟਾਂ ਨਹੀਂ ਸੀ ਲੱਗੀਆਂ, ਸਾਈਡਾਂ 'ਤੇ ਵੀ ਅਤੇ ਬੈਕ ਸਾਈਡ 'ਤੇ ਵੀ ਲਾਈਟਾਂ ਲਵਾ ਕੇ ਲਿਆਉਂਦੇ ਹਾਂ ਅੱਜ, ਠੀਕ ਹੈ। ਅਤੇ
ਆ ਜਾਓ ਚੱਲਦੇ ਹਾਂ। ਜੇ ਇੱਥੋਂ ਤੱਕ ਵੀਡੀਓ ਵਧੀਆ ਲੱਗੀ ਨਾ ਤਾਂ ਲਾਈਕ ਕਰ ਦਿਓ, ਠੀਕ ਹੈ, ਅਤੇ ਚੈਨਲ ਦੇ ਨਾਲ ਜੁੜੇ ਰਹੋ ਤਾਂ ਕਿ ਆਉਣ ਵਾਲੀਆਂ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਮਿਲਦੀਆਂ ਰਹਿਣ, ਠੀਕ ਹੈ। ਅਤੇ ਆਇਓ ਹੁਣ ਚੱਲਦੇ ਹਾਂ ਆਪਾਂ 32 ML ਟਰਾਲੇ ਦੇ ਲਾਈਟਾਂ ਲਵਾਉਣ, ਅਤੇ ਟਰੈਕਟਰ ਦੇ ਵੀ ਥੋੜ੍ਹੀ ਜਿਹੀ ਮੋਡੀਫਿਕੇਸ਼ਨ ਹੋਰ ਹੈ, ਉਹ ਆਪਣੇ ਰਾਤ ਟਾਈਮ ਰਹਿ ਗਿਆ ਸੀ ਬਹੁਤ ਘੱਟ, ਅਤੇ ਤਾਂ ਕਰਕੇ ਫਿਰ ਦੁਕਾਨਾਂ ਵੀ ਬੰਦ ਹੋਣ ਲੱਗ ਗਈਆਂ ਸੀਗੀਆਂ, ਫਿਰ ਉਹ ਗੱਲ ਬਣੀ ਨਹੀਂ ਗੀ, ਅਤੇ ਉਹ ਹੁਣ ਇੱਥੋਂ ਆਪਾਂ 32 'ਚੋਂ ਕਰਾਵਾਂਗੇ, ਠੀਕ ਹੈ, ਆਇਓ ਫਿਰ ਚੱਲੀਏ। ਹਾਂਜੀ ਵੀਰੋ, 32 'ਚ ਆ ਕੇ ਅਸੀਂ ਲਾਈਟਾਂ ਲਵਾਉਣ, ਅਤੇ ਲਾਈਟਾਂ ਲੱਗੀ ਜਾਂਦੀਆਂ, ਇੱਧਰ ਵਾਲੀ ਸਾਈਡ ਲੱਗ ਗਈਆਂ ਕੁਛ, ਅਤੇ ਬਾਕੀ ਬੈਕ ਸਾਈਡ ਵੀ ਲੱਗੀ ਜਾਂਦੀਆਂ, ਬਾਕੀ ਤੁਹਾਨੂੰ ਜਗਾ ਕੇ ਦਿਖਾਵਾਂਗੇ, ਠੀਕ ਹੈ, ਜਗਾ ਕੇ ਦਿਖਾਉਂਦੇ ਹਾਂ ਕਿਵੇਂ ਹੋਈ ਜਾਂਦੀ ਹੈ ਫਿਟਿੰਗ ਫੁਟਿੰਗ, ਅਤੇ ਟਰੈਕਟਰ ਦੇ ਉਹਨੇ ਕਰ ਲਿਆਈਏ ਕੋਈ ਮਾੜਾ ਮੋਟਾ ਹੋਰ ਦੇਖਦੇ ਹਾਂ। ਸੋ ਹਾਂਜੀ ਦੋਸਤੋ, ਲਾਈਟਾਂ ਲਵਾ ਕੇ ਆ ਗਏ ਸੀ ਘਰੇ, ਘਰੋ ਚੈੱਕ ਕਿਵੇਂ ਲੱਗਦੀਆਂ, ਕੁਛ ਅਜੇ ਰਾਤ ਨੂੰ ਹੋਰ ਸੋਹਣੀਆਂ ਲੱਗਣਗੀਆਂ, ਤਿੰਨ ਤਿੰਨ ਇੱਧਰ ਲੱਗ ਗਈਆਂ, ਫਿਰ ਆਹ ਦੇਖੋ ਆਹ ਜਿਹੜਾ ਇਹ ਸਾਈਡ ਇੰਡੀਕੇਟਰ ਹੋ ਗਏ, ਹੈ ਨਾ, ਸੋਹਣੀਆਂ ਲੱਗਦੀਆਂ ਨਾ, ਲਓ ਹਾਂਜੀ ਲਓ ਬਾਬੇ ਲੱਗੇ ਪਏ ਆ ਟਰਾਲ ਦੀਆਂ ਤਿਆਰੀਆਂ ਕਰਨ, ਉੱਤੋਂ ਦੀ ਪਹਿਲਾਂ ਰੱਸਾ ਮਾਰ ਲਾਂਗੇ ਇੱਕ ਵਾਰੀ, ਫਿਰ ਬਾਅਦ ਪੱਲੜ ਪਾ ਕੇ ਦਵਾਈ ਫਿਰ। ਸੋ ਹਾਂਜੀ ਵੀਰੋ, ਆਪਾਂ ਟਰਾਲੇ ਦੇ ਲਾਈਟਾਂ ਲੁਟਾਂ ਲਵਾ ਕੇ, ਅਤੇ ਇੱਕ ਵਾਰ ਤਾਂ ਸਾਰਾ ਟਰਾਲਾ ਕਰਦਾ ਤਿਆਰ, ਅਤੇ ਉੱਤੇ ਰੱਸਾ ਵੀ ਪਾਤਾ, ਅਤੇ ਹੁਣ ਗੰਨ ਚੱਕ ਲਈ, ਅਤੇ ਹੁਣ ਲੱਗਿਆ ਟਰਾਲਾ ਧੋਣ, ਰੱਸਾ ਰੁੱਸਾ ਮਾਰ ਕੇ ਹੁਣ ਤਾਂ ਬਣ ਗਿਆ ਵਧੀਆ, ਮੈਂ ਕਿਹਾ ਕਿਹਾ ਹੁਣ ਧੋ ਲਈਏ ਚੰਗੀ ਤਰ੍ਹਾਂ ਸਰਫ ਨਾਲ, ਅਤੇ ਉਦੋਂ ਬਾਅਦ ਫਿਰ ਪੱਲੜ, ਅਤੇ ਫਿਰ ਜਿਹੜਾ ਅੰਦਰ ਤੂੜੀ ਤਾੜੀ ਪਾ ਕੇ, ਅਤੇ ਉਹ ਕੰਮ ਕਰਨਾ ਤਿਆਰ, ਫਿਰ ਉਹ ਬਾਅਦ 'ਚ ਕਰਾਂਗੇ, ਪਹਿਲਾਂ ਧੋ ਲਈਏ ਚੰਗੀ ਤਰ੍ਹਾਂ, ਅਤੇ ਟੈਂਕੀ ਲੈ ਗਏ ਹਾਂ, ਆਇਓ ਦਿਖਾਈਏ ਸਾਨੂੰ, ਰੱਸਾ ਮਾਰਤਾ ਚੰਗੀ ਤਰ੍ਹਾਂ ਬਣ ਗਿਆ ਨਾ ਵਧੀਆ, ਹੁਣ ਇਹਨੂੰ ਧੋ ਲਈਏ ਚੰਗੀ ਤਰ੍ਹਾਂ, ਟੈਂਕੀ ਲਿਆਂਦੀ ਦੂਜੀ, ਅਤੇ ਲਾਉਂਦੇ ਹਾਂ ਆਪਾਂ ਇੱਥੇ ਟਰਾਲੇ ਨੂੰ ਲਾਈਏ, ਆਹ ਗੰਨ ਕਸ ਲਈਏ, ਇਹਦੇ ਗੰਨ ਖੋਲੀ ਵੀ ਸੀ ਪਹਿਲਾਂ ਮੈਂ ਲੈ ਆਇਆ ਸੀ, ਅਤੇ ਉਹ ਗੰਨ ਲੱਗੀ ਨਹੀਂ ਸੀ।
ਪੰਜ ਵੀਰੋ ਟਰਾਲਾ ਧੋਤਾ ਸੀ ਸਾਰਾ ਅਤੇ ਸੁੱਕ ਸੁੱਕ ਗਿਆ ਵਾ। ਹੁਣ ਆਪਾਂ ਡਾਲਾ ਇੱਥੋਂ ਐਵੇਂ ਕਰ ਦਾਂਗੇ, ਉੱਥੋਂ ਨਾ ਇੱਥੋਂ ਆਪਾਂ ਐਂਗਲ ਜਾਂ ਕੋਈ ਪੱਤੀ ਐਂ ਕਰਕੇ ਇਹ 'ਚ ਕੱਸ ਦਾਂਗੇ, ਡਾਲਾ ਐਵੇਂ ਕਰ ਲਾਂਗੇ ਸਿੱਧਾ, ਅਤੇ ਉਦੋਂ ਬਾਅਦ ਇਹ 'ਚ ਪਾ ਕੇ ਉਹ ਉੱਪਰ ਨਹੀਂ ਹੁਣ ਨਹੀਂ ਤੁਹਾਨੂੰ ਦੱਸਦੇ, ਅਗਲੀ ਵੀਡੀਓ 'ਚ ਦੱਸਾਂਗੇ ਠੀਕ ਹੈ। ਸੋ ਇੰਨਾ ਤਿਆਰ ਹੋ ਗਿਆ ਇਸ ਵੀਡੀਓ 'ਚ, ਉਦੋਂ ਬਾਅਦ ਕੀ ਹੋਊਗਾ ਉਹ ਅਗਲੀ ਵੀਡੀਓ 'ਚ ਤੁਸੀਂ ਦੇਖਿਓ। ਅਤੇ ਹਾਲੇ ਇੱਥੇ ਕੰਮ ਇਹਦਾ ਖਤਮ ਨਹੀਂ ਹੋਇਆ, ਹਜੇ ਹੋਰ ਵੀ ਬਹੁਤ ਕੁਛ ਹੋਊਗਾ ਇੱਥੇ, ਦੇਖੀ ਚੱਲਿਆ ਤੁਸੀਂ। ਅਤੇ ਪੂਰਾ ਫਸਟ ਟਾਈਮ ਹੀ ਆਪਾਂ ਲੈ ਕੇ ਚੱਲੇ ਹਾਂ ਅਨੰਦਪੁਰ ਸਾਹਿਬ ਇਹਨੂੰ, ਅਤੇ ਉਮੀਦ ਆ ਵੀ ਪੂਰਾ ਸੋਹਣਾ ਬਣਾ ਕੇ ਲੈ ਕੇ ਜਾਵਾਂਗੇ ਠੀਕ ਹੈ ਜੀ। ਅਤੇ ਟਰੈਕਟਰ 'ਤੇ ਵੀ ਹਜੇ ਥੋੜ੍ਹੇ ਮੋਟੇ ਕੰਮ ਪਏ ਆ, ਉਹ ਇੱਥੋਂ ਉੱਦਣ ਹੋ ਤਾਂ ਜਾਣੀ ਸੀ ਮੋਡੀਫਿਕੇਸ਼ਨ, ਪਰ ਉੱਥੇ ਉੱਦਣ ਦੁਕਾਨ ਬੰਦ ਸੀਗੀ, ਅਤੇ ਪਦਮਪੁਰ ਹੀ ਲੈ ਕੇ ਜਾਵਾਂਗੇ ਇਹਨੂੰ ਕਿਸੇ ਦਿਨ, ਕਰਦੇ ਹਾਂ। ਅਤੇ ਹਜੇ ਦਿਨ ਪਏ ਆ ਵੈਸੇ, 21 ਜਾਂ 22 ਤਰੀਕ ਨੂੰ ਜਾਣਾ ਅਤੇ ਠੀਕ ਹੈ। ਅਤੇ ਹਜੇ ਇਹਦੀ ਵੀ ਮੋਡੀਫਿਕੇਸ਼ਨ ਪਈ ਆ, ਅਤੇ ਟਰਾਲੇ 'ਤੇ ਵੀ ਹਜੇ ਹੋਰ ਹੋਊਗੀ ਠੀਕ ਹੈ। ਅਤੇ ਵੀਡੀਓ ਇੱਥੋਂ ਤੱਕ ਤੁਸੀਂ ਦੇਖ ਲਈ ਤਾਂ ਲਾਈਕ ਜ਼ਰੂਰ ਕਰ ਦਿਓ, ਅਤੇ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰੱਖ। ਓਕੇ ਦੋਸਤੋ, ਜੈ ਕਿਸਾਨ।